ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਾਰੇ ਪੰਜਾਬੀ ਵੀਰਾਂ ਨੂੰ ਮੈਂ ਪੰਜਾਬੀ ਵੀਰੋ ਲਖਵਿੰਦਰ ਸਿੰਘ ਤਲਵਾੜਾ ਫੋ ਮੈਂ ਅੱਜ ਗੱਲ ਕਰਨ ਲੱਗਾ ਪੰਜਾਬ ਦੀ ਜਿਹਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਅੱਜ ਉਹ ਹੀ ਪੰਜਾਬ ਮਿੱਟੀ ਬਣ ਕੇ ਰਹਿ ਗਿਆ ਵਾ ਮੇਰੇ ਵੀਰੋ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਨਾ ਪੰਜਾਬ 'ਤੇ ਉਦੋਂ ਮੇਰੇ ਪੰਜਾਬੀ ਵੀਰੋ ਬਾਰੋਂ ਅੰਗਰੇਜ਼ ਗੋਰੇ ਇੱਥੇ ਨੌਕਰੀ ਕਰਨ ਆਉਂਦੇ ਹੁੰਦੇ ਹੇ ਤੇ ਕੋਈ ਜ਼ੁਲਮ ਨਹੀਂ ਹੁੰਦਾ ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਅੱਜ ਇਹੋ ਪੰਜਾਬ ਦੇ ਵਿੱਚ ਨਸ਼ੇ ਆ ਇਹੋ ਪੰਜਾਬ ਦੇ ਵਿੱਚ ਬਲਾਤਕਾਰ ਯਵਰ ਜਨਾਹ ਹੁੰਦੇ ਆ ਕੋਈ ਇਨਸਾਫ ਨਹੀਂ ਕਿਸ ਨੂੰ ਮਿਲਦਿਆ ਸੋ ਮੈਨੂੰ ਪਤਾ ਲੱਗਾ ਇਹ ਗੱਲ ਦਾ ਕਿ ਪਿੰਡ ਸਰਾਏ ਨਾਗਾ ਜਿਹੜਾ ਮੁਕਸਰ ਉੱਥੇ ਇੱਕ ਸਾਡੀ ਧੀ ਭਾਂਦੇ ਨਾਲ ਉਹਦੇ ਦੋ ਹੱਥ ਵੜ ਦਿੱਤੇ ਕਿਸ ਪਾਪੀ ਨੇ ਇੱਕ ਧੂਰੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਗੱਲ ਹੋਈ ਆ ਕਿ ਕਿ ਬੱਸ ਕਨੈਕਟਰ ਵੱਲੋਂ 4 ਸਾਲ ਦੀ ਕੁੜੀ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਵਾ ਤੇ ਬਹੁ ਮੜਾ ਆਇਆ ਵਾ ਸੋ ਇਹਨਾਂ ਪਾਪੀਆਂ ਨੂੰ ਚੌਂਕ ਦੇ ਵਿੱਚ ਖਿਲਾੜ ਕੇ ਉਸੇ ਵੇਲੇ ਗੋਲੀ ਮਾਰ ਦੇਣੀ ਚਾਹੀਦੀ ਸੀ ਇੱਥੇ ਪੰਜਾਬ ਦੇ ਵਿੱਚ ਲੋਕਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਵਾਂ ਅਣਖਾਂ ਵਿਕ ਚੁੱਕੀਆਂ ਲੋਕਾਂ ਦੀਆਂ ਕੋਈ ਇੱਥੇ ਇਨਸਾਫ਼ ਨਹੀਂ ਹੈਗਾ ਇੱਥੇ ਹਰ ਕੋਈ ਪਿਆਹੇ ਨਾਲ ਗੱਲ ਕਰਦਾ ਵਾ ਤੋ ਮੇਰੇ ਵੀਰੋ ਜੇ ਕੋਈ ਜਾਗਦੀ ਜ਼ਮੀਰ ਵਾਲੇ ਹੈਗੇ ਆ ਤੇ ਇਹਨਾਂ ਦੇ ਖਿਲਾਫ ਆਵਾਜ਼ ਉਠਾਇਆ ਕਰੋ ਇਕਤਾ ਬਣਾ ਕੇ ਰੱਖੋ ਤੇ ਮੇਰੇ ਵੀਰੋ ਜੋ ਇਹਨਾਂ ਪਾਪੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਕਿਉਂਕਿ ਅੱਜ ਉਹਨਾਂ ਈਆਂ ਪੈਣਾ ਨਾ ਹੋਇਆ ਵਾ ਕੱਲ ਨੂੰ ਸਾਡੀਆਂ ਵੀ ਈਆਂ ਪੈਣਾ ਨਾ ਹੋ ਰਹਿਦਾ ਵਾ ਕਦੀ ਉਹ ਵੀ ਟਾਈਮ ਹੁੰਦਾ ਸੀ ਜਦੋਂ ਸਾਡੇ ਪੰਜਾਬ ਦੇ ਸੂਰਮੇ ਜੋਦੇ ਈਆਂ ਪੈਣਾ ਫਗਾਨੀਆਂ ਕੋ ਛਡਾ ਕੇ ਲਿਉਂਦੇ ਹੁੰਦੇ ਸੀ ਬਗਾਨਿਆਂ ਰੀਆਂ ਚਾਹੇ ਆਪਣੀਆਂ ਬਾਏ ਬਗਾਨਿਆਂ ਰੀਆਂ ਤੇ ਅੱਜ ਸਾਡੇ ਪੰਜਾਬ ਦੀ ਧਰਤੀ ਦੇ ਇਨਾ ਮਾੜਾ ਕੰਮ ਹੋਂਡਿਆ ਵਾ ਜ਼ੁਲਮ ਹੋਂਡਿਆ ਤੇ ਬਹੁ ਮਾੜਾ ਹੋਂਡਿਆ ਵਾ ਤੇ ਸਾਨੂੰ ਇਕਤਾ ਬਣਾਉਣੀ ਚਾਹੀਦੀ ਆ ਤੇਰੇ ਖਿਲਾਫ ਆਵਾਜ਼ ਠੋਣੀ ਚਾਹੀਦੀ ਆ ਤੇ ਸੋ ਮੇਰੇ ਵੀਰੇ ਵੱਟੋ ਵੱਟ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ